ਭਾਜੀ ਕਮਾਈ ਇਹਦੇ ਵਿੱਚ ਇਹ ਜੇ ਕਿ ਸਾਲ ਦੇ ਵਿੱਚ ਬੰਦਾ 5-10 ਲੱਖ ਰੁਪਈਆ ਜਿਹੜਾ ਉਹ ਫੜ ਲੈਂਦਾ। ਜਿਹੜੇ ਬੰਦੇ ਕੋਲ 15-20 ਬੱਕਰੀਆਂ ਨੇ ਨਾ, ਉਹਦੇ ਵਾਸਤੇ ਕਿਆ 10 ਕਿੱਲਿਆਂ ਵਾਲਾ ਜਿਹੜਾ ਕੋਈ ਆਦਮੀ ਹੈ ਨਾ, ਜਿਹੜੇ ਕਰਦੇ ਨੇ ਵਾਹੀ ਸ਼ਾਹੀ, ਉਹ ਪਿਛਾਂ ਕਰ ਛੱਡਦੀਆਂ ਨੇ। ਉਹ ਭਾਜੀ ਮੇਰੀ ਗੱਲ ਸੁਣੋ, ਜੇ ਤਾਂ ਉਹਨਾਂ ਬੱਕਰੀਆਂ ਦਾ ਕੰਮ ਹੈ ਸ਼ੁਰੂ ਕਰਨਾ, 5 ਲੱਖ ਰੁਪਈਆ ਹੋਏ ਉਹਨਾਂ ਦੇ ਕੋਲ, ਉਹ ਬੱਕਰੀਆਂ ਲੈਣ ਬੱਚਿਆਂ ਵਾਲੀਆਂ, ਠੀਕ ਹੈ, ਉਹਨਾਂ ਦੀ ਸੇਵਾ ਸੁਵਾ ਕਰਨ, ਉਹ ਅੱਲਾ ਖੈਰ ਕੀਤਾ 1 ਸਾਲ ਬਾਅਦ ਜਿਹੜੇ ਉਹਨਾਂ ਪੈਸੇ ਲਾਉਣੇ ਨੇ ਨਾ, ਅਤੇ ਉਹਨਾਂ ਦੇ ਬੱਚੇ ਪੂਰੇ ਕਰ। ਬਰੀਡਰ ਹੁਣ ਲੈਣ ਅਸੀਂ ਤੁਰ ਜਾਂਦੇ ਹਾਂ, ਬਰੀਡਰ 2 ਲੱਖ ਦਾ ਅਸੀਂ ਲਿਆਉਂਦੇ ਹਾਂ, ਠੀਕ ਹੈ, ਬੱਕਰੀਆਂ ਸੂਬਣ 20, ਉਹ ਬੱਚੇ ਦੇਸ਼ਣ 40, ਠੀਕ ਹੈ, ਉਹਨਾਂ ਦੇ ਵਿੱਚੋਂ 4 ਲੇਲੇ ਪਾਲ ਕੇ ਵੇਚ ਲਈਏ ਤਾਂ 2 ਲੱਖ ਰੁਪਈਆ ਭਾਜੀ ਮਿਲ ਜਾਂਦਾ। ਉਹਦੀ ਪਛਾਣ ਭਾਈ ਜੀ, 1 ਕੰਨ ਲੰਬੇ ਹੋਣਗੇ, 1 ਸਿੰਗ ਛੋਟੇ ਹੋਣਗੇ, 8 ਬਿੱਲੀ ਹੋਏਗੀ, ਰੰਗ ਨਖਰਾ ਹੋਏਗਾ, ਠੀਕ ਹੈ, ਕੂਸ਼ਲ ਚੰਗੀ ਹੋਏਗੀ, ਥੱਲੋਂ ਨਾਲਸ਼ਲ ਚੰਗੇ ਹੋਣਗੇ, ਬੱਕਰੇ ਦੀਆਂ ਪਿਛਲੀਆਂ ਲੱਤਾਂ ਚੰਗੀਆਂ ਹੋਣ, ਕੁੜੀਆਂ ਰੱਖ ਕੇ ਤੁਰਦਾ ਹੋਏ, ਉਹ ਬਰੀਡਰ ਚੰਗਾ ਰਹੇਗਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਸਰ ਕੀ ਹਾਲ ਹੈ? ਖੈਰ ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ ਜੀ। ਜੀ ਅੱਲਾ ਪਾਕ ਦਾ ਬਹੁਤ ਸ਼ੁਕਰ। ਜਨਾਬ ਦਾ ਕੀ ਨਾਮ ਹੈ? ਮੁਹੰਮਦ ਸਾਦਕ ਜੀ। ਸਾਦਕ ਸਾਹਿਬ, ਮਾਸ਼ਾਅੱਲਾ ਤੁਹਾਡਾ ਕਾਫੀ ਨਾਮ ਸੁਣਿਆ, ਤੁਹਾਡਾ ਰੇਵੜ ਵੇਖ ਕੇ, ਤੁਹਾਡੇ ਜਾਨਵਰ ਵੇਖ ਕੇ ਦਿਲ ਖੁਸ਼ ਹੋਇਆ, ਅਤੇ ਸਰ ਤੁਸੀਂ ਕਿੰਨੇ ਅਰਸੇ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਪੇ? ਇਹ ਜੀ ਸਾਡੇ ਬਜ਼ੁਰਗਾਂ ਦੇ ਵਾਲਦ ਸਾਹਿਬ ਪਿੱਛੋਂ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ, ਉਦੋਂ ਇਹ ਬੱਕਰੀਆਂ ਉੱਧਰੋਂ ਲੈ ਕੇ ਆਏ ਹਾਂ, ਠੀਕ ਹੈ, ਅਤੇ ਅੱਗੋਂ ਵਾਲਦ ਸਾਹਿਬ ਚਾਰੀਆਂ ਨੇ, ਅੱਗੋਂ ਹੁਣ ਅਸੀਂ ਚਾਰਨ ਡਏ ਹਾਂ। ਮਾਸ਼ਾਅੱਲਾ, ਅਤੇ ਤੁਹਾਨੂੰ ਇਹ ਕੰਮ ਵਿੱਚ ਆਇਆ ਕਿੰਨੇ ਸਾਲ ਹੋ ਗਏ ਨੇ? ਕੰਮ ਕੋਈ 15 ਸਾਲ ਹੋ ਗਏ ਨੇ। ਅਤੇ ਤੁਹਾਡਾ ਸਰ ਜਿਹੜਾ 15 ਸਾਲ ਦਾ ਤਜਰਬਾ ਹੈ, ਤੁਸੀਂ 15 ਸਾਲਾਂ ਵਿੱਚ ਇਹ ਕੰਮ ਤੋਂ ਕੀ ਸਿੱਖਿਆ, ਕੀ ਹਾਸਲ ਕੀਤਾ, ਇਹ ਕੰਮ ਕਿੰਜਦਾ? ਇਹ ਕੰਮ ਬਹੁਤ ਅੱਛਾ ਜੀ। ਇਸ ਕੰਮ ਦੇ ਵਿੱਚ ਪਹਿਲਾਂ ਸਾਡੇ ਕੋਲ ਬੂਰੀਆਂ ਬੱਕਰੀਆਂ ਸਿਆਲਕੋਟੀ, ਫਿਰ ਬੱਕਰਾ ਕ੍ਰਾਸ ਕਰਾਇਆ ਸਾਹੀਵਾਲ ਦਾ ਲਿਆਂਦਾ, ਉਹਦੇ ਤੋਂ ਬੱਕਰੀਆਂ ਨਾਗਰੀਆਂ ਬਣੀਆਂ ਨੇ, ਠੀਕ ਹੈ। ਇਹ ਨਾਗਰੀਆਂ ਬੱਕਰੀਆਂ ਦੀ ਜਿਹੜੀ ਹੈ ਛੋ ਬੱਕਰੀਆਂ ਦੇ ਥਣ ਹਵਾਨਾ ਬਹੁਤ ਚੰਗਾ, ਠੀਕ ਹੈ, ਇਹਨਾਂ ਦੀ ਵਿਕਰੀ ਚੰਗੀ ਹੈ। ਅੱਛਾ, ਠੀਕ ਹੈ ਜੀ। ਅਤੇ ਅੱਲਾ ਦੇ ਹੁਕਮ ਨਾਲ ਇਹ ਬੱਕਰੀਆਂ ਦੇ ਵਿੱਚ ਕੋਈ ਭੁੱਖ ਭੁਲੱਖ ਨਹੀਂ ਹੁੰਦੀ, ਠੀਕ ਹੈ ਜੀ। ਅਤੇ ਸਰ ਤੁਸੀਂ 15 ਸਾਲ 'ਚ ਇਹ ਕੰਮ ਵਿੱਚ ਕਿਹੜੀ ਕਿਹੜੀ ਕਾਮਯਾਬੀ ਹਾਸਲ ਕੀਤੀ ਹੈ, ਇਹਦੇ ਵਿੱਚ ਕਮਾਈ ਕਿੰਨੀ ਕੋਈ ਆਉਂਦੀ ਹੈ, ਕਮਾਈ ਜਾਂ ਬੱਚਤ ਕਿੰਨੀ ਕੁ ਜਾਂ ਨੁਕਸਾਨ ਕਿੰਨਾ ਕੁ? ਭਾਅ ਜੀ ਕਮਾਈ ਇਹਦੇ ਵਿੱਚ ਇਹ ਜੇ ਕਿ ਸਾਲ ਦੇ ਵਿੱਚ ਬੰਦਾ 5-10 ਲੱਖ ਰੁਪਈਆ ਜਿਹੜਾ ਉਹ ਫੜ ਲੈਂਦਾ। ਜਿਹੜੇ ਬੰਦੇ ਕੋਲ 15-20 ਬੱਕਰੀਆਂ ਨੇ ਨਾ, ਉਹਦੇ ਵਾਸਤੇ ਕਿਆ 10 ਕਿੱਲਿਆਂ ਵਾਲਾ ਜਿਹੜਾ ਕੋਈ ਆਦਮੀ ਹੈ ਨਾ, ਜਿਹੜੇ ਕਰਦੇ ਨੇ ਵਾਹੀ ਸ਼ਾਹੀ, ਉਹ ਪਿਛਾਂ ਕਰ ਛੱਡਦੀਆਂ ਨੇ। ਜ਼ਿੰਦਾਬਾਦ ਜੀ। ਯਾਨੀ ਕਿ ਬੱਕਰੀਆਂ ਅਗਰ 20-20 ਨਸਲੀ ਹੋਣ, ਹਾਂਜੀ, ਉਹ ਜਿਹਦੀ ਜ਼ਮੀਨ 10 ਕਿੱਲੇ ਵੀ ਉਹਦੇ ਤੋਂ ਭਾਰੀਆਂ ਨੇ ਜੀ, ਠੀਕ ਹੈ। ਅਤੇ ਸਰ ਇੱਥੇ ਇੱਕ ਸਵਾਲ ਪੁੱਛਾਂ ਦਾ, ਤੁਸੀਂ ਪਹਿਲੇ ਸਿਆਲਕੋਟੀ ਰੱਖੀਆਂ ਹਨ, ਫਿਰ ਤੁਸੀਂ ਇੱਕ ਨਸਲ ਤਬਦੀਲ ਕਰਕੇ ਅਤੇ ਦੂਸਰੀ ਨਸਲ ਬਣਾ ਲਈ ਹੈ, ਹਾਂਜੀ, ਇਹਦੀ ਵਜ੍ਹਾ ਕੀ ਬਣੀ, ਤੁਸੀਂ ਉਹ ਨਸਲ ਕਿਉਂ ਨਹੀਂ ਰੱਖੀ? ਉਹ ਜੀ ਵਜ੍ਹਾ ਇਹ ਜੇ ਕਿ ਜਿਸ ਤਰ੍ਹਾਂ ਇਹ ਚੱਲਦੇ ਰਹਿ ਹਾਲਾਤ ਹੋਏ ਨੇ ਕਿ ਹੁਣ ਬੰਦਾ ਜਿਹੜੇ ਪਾਸੇ ਕਿਸੇ ਦਾ ਜੀਣ ਲੱਗ ਜੇ, ਇੱਕ ਰੰਗ ਜੀ ਫਲਾਣਾ ਨਾਗਰੀ ਬੱਕਰੀ ਰੱਖਣੀ ਹੈ, ਉਹਦੀ ਵਜ੍ਹਾ ਕਰਕੇ ਫਿਰ ਹਾਂ ਬੱਕਰਾ ਤਬਦੀਲ ਕੀਤਾ। ਸਾਲ 2 ਬਾਅਦ ਮੈਂ ਬੱਕਰਾ ਲੈਣ ਜਾਂਦਾ, ਜਿੱਥੇ ਵੀ ਕਿਸੇ ਦੱਸਿਆ 1 ਲੱਖ 10 ਹਜ਼ਾਰ, ਠੀਕ ਹੈ, ਮੈਂ ਬੱਕਰਾ ਲਿਆ ਕੇ ਬੱਕਰੀਆਂ ਨੂੰ ਕ੍ਰਾਸ ਕਰਾਇਆ, ਠੀਕ ਹੈ। ਇਹ ਅਗਰ ਸਰ ਨਸਲ ਕੋਈ ਬੰਦਾ ਚਾਹੁੰਦਾ ਕਿ ਉਹ ਨਸਲ ਬੱਕਰੀਆਂ ਦੀ ਚੰਗੀ ਬਣਾਏ, ਹਾਂਜੀ, ਜਿੰਝ ਤੁਸੀਂ ਪਹਿਲੇ ਸਿਆਲਕੋਟੀ ਸੀ ਉਹ ਨਸਲ ਤੁਸੀਂ ਤਬਦੀਲ ਕੀਤੀ ਹੈ, ਇਹ ਜਿਹੜੀ ਨਾਗਰਾ ਨਸਲ ਹੈ, ਹਾਂਜੀ, ਅਤੇ ਨਸਲ ਚੰਗੀ ਬਣਾਉਣ ਦਾ ਜਾਂ ਨਸਲ ਤਬਦੀਲ ਕਰਨ ਦਾ ਫਿਰ ਕੁਲੀਆ ਕੀ ਹੈ, ਉਹ ਬਰੀਡਰ ਅੱਛਾ ਹੋਏ? ਹਾਂਜੀ, ਬਰੀਡਰ ਅੱਛਾ ਹੋਏ, ਬੱਕਰੀ ਅੱਛੀ ਹੋਏ, ਠੀਕ ਹੈ, ਉਹ ਫਿਰ ਉਹਦੇ ਤੋਂ ਨਸਲ ਚੰਗੀ ਬਣ ਜਾਂਦੀ ਹੈ, ਫਿਰ ਉਹਦੀਆਂ ਧੀਆਂ ਪੁੱਤਰ ਜਿਹੜੇ ਨੇ
ਉਹ ਜਿਹੜੇ ਬੱਚੇ ਜੰਮਦੇ ਜਿਹੜੇ ਚੰਗੀ ਬੱਕਰੀ ਬੱਕਰਾ ਏਡਾ ਬਰੀਡਡ ਛੱਡਿਆ ਹੋਏ ਉਹ 40 ਦਾ 35 ਦਾ 30 ਦਾ ਬੱਚਾ ਵਿਕ ਜਾਂਦਾ 10-20 ਦਿਨਾਂ ਦਾ ਵੀ। ਠੀਕ ਹੈ ਇਹ ਸਰ ਥੋੜ੍ਹਾ ਮੈਂ ਚਾਹਾਂਗਾ ਕਿ ਮੇਰੇ ਦੋਸਤਾਂ ਨੂੰ ਵਾਜ਼ਿਆ ਕਰੋ, ਤੁਹਾਡੇ ਕੋਲ ਪਹਿਲੇ ਸਿਆਲਕੋਟ ਹੀ ਹਨ? ਹਾਂਜੀ। ਤੁਸੀਂ ਬੱਕਰੀਆਂ ਤਾਂ ਉਹੀ ਰੱਖੀਆਂ? ਹਾਂਜੀ। ਬਰੀਡਰ ਤੁਸੀਂ ਲੈ ਕੇ ਆਏ ਨਾਗਰਾ? ਨਾਗਰਾ, ਯਾਨੀ ਕਿ ਉਹ ਬੱਕਰੀਆਂ ਤੋਂ ਫਿਰ ਨਸਲ ਨਾਗਰਾ ਬਣ ਗਈ? ਹਾਂਜੀ। ਠੀਕ ਹੈ ਠੀਕ ਹੈ। ਅਤੇ ਜਿਹੜਾ ਕੋਈ ਚੰਗਾ ਬਰੀਡਰ ਹੈ ਉਹਦੀਆਂ ਕੋਈ ਖੂਬੀਆਂ ਦੱਸੋ ਨਾ, ਕਿ ਅਗਰ ਕੋਈ ਚਾਹੁੰਦਾ ਕਿ ਮੈਂ ਚੰਗਾ ਬਰੀਡਰ ਲਵਾਂ, ਕੋਈ ਚੰਗੀ ਨਸਲ ਲਵਾਂ, ਉਹਨੂੰ ਕਿੰਜ ਅੰਦਾਜ਼ਾ ਹੋਏਗਾ ਕਿ ਆਹ ਬਰੀਡਰ ਚੰਗਾ, ਉਹਦੀ ਕੋਈ ਪਹਿਚਾਣ ਕੋਈ ਖੂਬੀ? ਉਹਦੀ ਪਛਾਣ ਭਾਈ ਜੀ, ਇੱਕ ਕੰਨ ਲੰਬੇ ਹੋਣਗੇ, ਇੱਕ ਸਿੰਘ ਛੋਟੇ ਹੋਣਗੇ, ਅੱਖ ਬਿੱਲੀ ਹੋਏਗੀ, ਰੰਗ ਨਾਗਰਾ ਹੋਏਗਾ, ਠੀਕ ਹੈ, ਕੂਸ਼ਲ ਚੰਗੀ ਹੋਏਗੀ, ਥੱਲੋਂ ਨਾਲਸ਼ਲ ਚੰਗੇ ਹੋਣਗੇ, ਬੱਕਰੇ ਦੀਆਂ ਪਿਛਲੀਆਂ ਲੱਤਾਂ ਚੰਗੀਆਂ ਹੋਣ, ਖੁੱਲੀਆਂ ਰੱਖ ਕੇ ਤੁਰਦਾ ਹੋਏ, ਉਹ ਬਰੀਡਰ ਚੰਗਾ ਰਹੇਗਾ। ਅਤੇ ਜਿਹੜੇ ਸਿੰਘ ਨੇ, ਸਿੰਘ ਉਹ ਛੋਟੇ ਹੋਣੇ ਚਾਹੀਦੇ ਨੇ? ਛੋਟੇ ਹੋਣੇ ਚਾਹੀਦੇ ਨੇ। ਅਤੇ ਫੁਸ਼ਲ? ਹਾਂਜੀ, ਫੁਸ਼ਲ ਲੰਮੀ ਹੋਣੀ ਚਾਹੀਦੀ ਅਤੇ ਖੜੀ ਹੋਣੀ ਚਾਹੀਦੀ ਹੈ, ਕੁੰਡੀ ਨਹੀਂ ਹੋਣੀ ਚਾਹੀਦੀ। ਅੱਛਾ, ਹਾਂਜੀ ਠੀਕ ਹੈ, ਯਾਨੀ ਕਿ ਇਹ ਜਿਹੜਾ ਅੱਛਾ ਬਰੀਡਰ ਹੈ ਉਹਦੀ ਪਹਿਚਾਣ ਹੈ? ਹਾਂਜੀ। ਅਤੇ ਅੱਛਾ ਬਰੀਡਰ ਫਿਰ ਕੋਈ ਅਗਰ ਚਾਹੇ ਕਿ ਮੈਂ ਅੱਛਾ ਬਰੀਡਰ ਤਿਆਰ ਕਰਨਾ ਛੋਟਾ ਬੱਚਾ, ਹਾਂਜੀ, ਅਤੇ ਉਹਦੀ ਤਿਆਰੀ ਦੇ ਮਤਲਬ ਵੀ ਥੋੜ੍ਹਾ ਦੱਸ ਦਿਓ ਕਿ ਉਹਨੂੰ ਚੰਗਾ ਕਿੰਜ ਤਿਆਰ ਕੀਤਾ ਜਾ ਸਕਦਾ? ਚੰਗਾ ਤਿਆਰ ਇਹ ਕੀਤਾ ਜਾ ਸਕਦਾ ਜੀ, ਬੱਚਾ ਨਾ ਛੋਟਾ, ਉਹਨੂੰ ਦੁੱਧ ਦੁੱਧ ਜਿੰਨਾ ਚਿਰ ਪਿਆਉਣਾ, ਦੁੱਧ ਪੀਵੇਗਾ ਅਤੇ ਉਹ ਭਾਅ ਜੀ ਇੱਧਰ ਵੇਖੋ, ਉਹ ਜਿੰਨਾ ਤੀਕਰ ਛਿੱਗਾ ਜਾਂ 4 ਸਾਲਾਂ ਦਾ ਵੀ ਬੱਕਰਾ ਹੋਏਗਾ, ਉਹਦਾ ਉਹ ਦੁੱਧ ਬਚਪਨ ਦਾ ਪੀਤਾ ਉਹਨੂੰ ਤੋੜ ਚਾੜੇਗਾ। ਠੀਕ ਹੈ, ਯਾਨੀ ਕਿ ਜਿੰਨਾ ਜ਼ਿਆਦਾ ਦੁੱਧ ਪਿਲਾ ਸਕਦੇ ਉਹਨੂੰ ਪਿਲਾਓ ਪਿਆਓ। ਅੱਛਾ ਸਰ, ਫਿਰ ਇੱਥੇ ਇੱਕ ਬੜਾ ਅਹਿਮ ਸਵਾਲ ਪੈਦਾ ਹੁੰਦਾ, ਕੁਛ ਦੋਸਤ ਤੁਹਾਡੇ ਕੋਲ ਉਹਨਾਂ ਦੇ ਛੋਟੇ ਜਾਲ ਲੈ ਕੇ ਜਾਂਦੇ ਨੇ, ਬੱਕਰੇ ਵੀ ਲੈ ਕੇ ਜਾਂਦੇ ਨੇ, ਉਹ ਫਿਰ ਜਿਹੜਾ ਬੱਕਰਾ ਉਹ ਬਾਅਦ 'ਚ ਦੁੱਧ ਪਿਲਾਉਂਦੇ ਨੇ ਫੀਡਰ ਨਾਲ, ਫਿਰ ਉਹ ਬੱਕਰਾ ਤੇ ਬਰੀਡਰ ਨਹੀਂ ਬਣ ਸਕਦਾ? ਉਹ ਨਹੀਂ ਉਹੋ ਜਿਹਾ ਬਣ ਸਕਦਾ ਜਿਹੋ ਜਿਹਾ ਬੱਕਰੀ ਦੇ ਥੱਲੇ ਬਣਨਾ। ਬੱਕਰੀ ਦੇ ਥੱਲੇ ਬਣਨਾ, ਉਹ ਥੋੜ੍ਹਾ ਦੁੱਧ ਬੱਕਰੀ ਥੱਲੇ ਹੋਏ ਤਾਂ ਅਸੀਂ ਦੂਜੀ ਬੱਕਰੀ ਦਾ ਵੀ ਪਿਆਲ ਦੇਣਾ, ਕਾਹਦੇ ਵਾਸਤੇ ਕਿ ਹਾਂ ਬਰੀਡਰ ਰੱਖਣਾ ਬੱਕਰੀਆਂ ਦੇ ਵਿੱਚ। ਠੀਕ ਹੈ ਠੀਕ ਹੈ, ਬੱਕਰੀ 100 ਬੱਚਾ ਦੇਗੀ, ਉਹ ਬੱਕਰੀਆਂ ਦੇ ਵਿੱਚ ਰੱਖਣ ਵਾਲਾ ਬੱਚਾ ਇੱਕੋ ਹੀ ਹੋਣਾ ਜਿਹੜਾ ਭਲਵਾਨ ਬੱਚਾ ਹੋਣਾ। ਠੀਕ ਹੈ ਹਾਂਜੀ। ਅਤੇ ਮਾਸ਼ਾਅੱਲਾ ਇਸ ਟਾਈਮ ਤੁਹਾਡੇ ਕੋਲ ਟੋਟਲ ਕਿੰਨੀਆਂ ਬੱਕਰੀਆਂ ਨੇ? ਬੱਕਰੀਆਂ ਮੇਰੇ ਕੋਲ ਜੀ ਵੱਡੀਆਂ ਨੇ ਜੀ 30। ਅੱਛਾ ਠੀਕ ਹੈ, ਅਤੇ ਛੋਟੀਆਂ ਮੋਟੀਆਂ ਪਾ ਕੋਲ 60 ਕੈ ਨੇ। 60 ਕੈ ਨੇ, ਹਾਂਜੀ ਮਾਸ਼ਾਅੱਲਾ। ਅਤੇ 60 ਬੱਕਰੀਆਂ ਨੂੰ ਇਕੱਲੇ ਹੱਥ ਸੰਭਾਲਦੇ ਹੋ ਪੇ? ਭਾਈ ਜੀ ਸੰਭਾਲਦੇ ਨੇ, ਮੈਂ ਬਾਹਰੋਂ ਫੇਰ ਕੇ ਖਾਣੀਆਂ ਨੇ, ਘਰ ਮੇਰੇ ਭਾਈ ਅਤੇ ਮੇਰੇ ਇਬਾਦਤ ਪੱਠੇ ਛੱਠੇ ਉਹ ਵੱਢਦੇ ਨੇ ਤਿਆਰ। ਠੀਕ ਹੈ, ਅਤੇ ਅੱਜ ਕੱਲ੍ਹ ਫਿਰ ਤੁਸੀਂ ਇਹਨਾਂ ਦੀ ਕੀ ਸੇਵਾ ਕਰਦੇ ਹੋ, ਕਿੰਨੇ ਘੰਟੇ ਚਾਰਦੇ ਹੋ, ਇਸ ਤੋਂ ਇਲਾਵਾ ਉਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ? ਭਾਅ ਜੀ ਸੁਬਹਾ 8 ਵਜੇ ਲਿਆਉਣੀਆਂ ਨੇ, ਸ਼ਾਮੀ 8 ਵਜੇ ਘਰ ਜਾਣਾ, ਰੋਟੀ ਆਹ ਨਾਲ ਹੀ ਬੰਨੀ। ਅੱਛਾ ਠੀਕ ਹੈ, ਉਹ ਨਾਲ ਹੀ ਰੋਟੀ ਰੋਟੀ ਨਾਲ ਹੀ ਬੰਨੀ ਆਹ। ਠੀਕ ਹੈ, ਅਤੇ ਸ਼ਾਮੀ ਆਹ ਜਾਣਾ, ਸੁਬਹਾ ਆ ਜਾਣਾ, ਸ਼ਾਮੀ ਤੁਰ ਜਾਣਾ ਆ। ਠੀਕ, ਜਿਹੜੀ ਬੱਕਰੀ ਕੋਲ ਸਾਡੀ ਲੜ ਰਹੀ ਹੈ ਉਹਨੂੰ ਆਹ ਸ਼ਾਮੀ ਕਣਕ ਪਾਉਣੀ ਹੈ। ਠੀਕ ਹੈ, ਬੱਕਰਿਆਂ ਨੂੰ ਕਣਕ ਪਾਉਣੀ ਹੈ, ਬੱਕਰਿਆਂ ਨੂੰ ਦੁੱਧ ਸੁਬਹਾ ਦੇਣਾ ਹੈ। ਠੀਕ ਹੈ, ਆਪਣੇ ਸ਼ੌਂਕ ਵਾਲ। ਠੀਕ ਹੈ, ਲਾਡਲੀ ਬੱਕਰੀ ਤੋਂ ਕੀ ਮੁਰਾਦ ਲੈਂਦੇ ਹੋ, ਤੁਹਾਨੂੰ ਦੁੱਧ ਜ਼ਿਆਦਾ ਦਿੰਦੀ ਹੈ ਜਾਂ ਕਿ ਤੁਹਾਨੂੰ ਸੋਹਣੀ ਜ਼ਿਆਦਾ ਲੱਗਦੀ ਹੈ? ਸੋਹਣੀ ਵੀ ਜ਼ਿਆਦਾ ਲੱਗਦੀ ਹੈ, ਅਤੇ ਉਹਦੇ ਵਾਸਤੇ ਕਿ ਸਾਨੂੰ ਉਹ ਬੱਕਰੀ ਸਭ ਨਾਲ ਚੰਗੀ ਜਿਸ ਤਰ੍ਹਾਂ ਇਸ਼ਕ ਨਹੀਂ ਹੋ ਜਾਂਦਾ। ਠੀਕ ਹੈ, ਉਹ ਸਾਨੂੰ ਉਹ ਹਿਸਾਬ ਦੇ। ਠੀਕ ਹੈ, ਬੱਕਰੀਆਂ ਇੱਥੇ ਤੁਹਾਨੂੰ ਕੱਢ ਕੱਢ ਕੇ ਵਿਖਾਲਨੇ ਆ ਜੀ ਜੀ, ਉਹਨਾਂ ਦੀਆਂ ਵੇਖ ਲਓ, ਤਸਵੀਰਾਂ ਖਿੱਚ ਲਓ ਤੁਸੀਂ। ਉਹ ਸਰ ਇਨਸ਼ਾਅੱਲਾ ਉਹ ਵੀ ਬਣਾਉਂਦੇ ਹਾਂ, ਤਸਵੀਰਾਂ ਵੀ ਲੈਂਦੇ ਹਾਂ। ਅਤੇ ਜਿਹੜੀ ਬੱਕਰੀ ਨੂੰ ਤੁਸੀਂ ਦਾਣੇ ਪਾਉਂਦੇ ਹੋ, ਇਹ ਗਰਮੀ ਵਿੱਚ ਦਾਣੇ ਖਿਲਾਉਣ ਦਾ ਕੀ ਤਰੀਕਾ ਹੈ, ਅਤੇ ਸਰਦੀ ਵਿੱਚ ਦਾਣੇ ਖਿਲਾਉਣ ਦਾ ਕੀ ਤਰੀਕਾ ਹੈ? ਸਰਦੀ ਵਿੱਚ ਦਾਣਾ ਥੋੜ੍ਹਾ ਪਾਈਦਾ, ਕਿਉਂਕਿ ਨਾਲ ਉਹਨੇ ਹਰੇ ਪੱਠੇ ਵੀ ਖਾਣੇ ਨੇ, ਬਰਸਨ ਬੁਰਸਨ ਉਰਾਂ ਪਰਾਂ। ਗਰਮੀ ਦੇ ਵਿੱਚ ਦਾਣੇ ਅਸੀਂ 1/2 ਕਿਲੋ ਪਾਓ, 3 ਪਾਲੋ, ਕਿਲੋ ਪਾਲੋ, ਜਿੰਨੇ ਜੋਗੀ ਬੱਕਰੀ ਹੈ ਨਾ, ਛੋਟਾ ਵੱਡਾ ਜਿਹੜੇ ਹਿਸਾਬ ਨਾਲ ਉਹ ਹਿਸਾਬ ਨਾਲ ਪਾਉਂਦੇ ਨੇ। ਅੱਛਾ, ਅਤੇ ਗਰਮੀ 'ਚ ਦਾਣੇ ਕਿੰਝ ਇਸਤੇਮਾਲ ਕਰਨੇ ਨੇ, ਸੁੱਕੇ ਜਾਂ ਭੇ ਕੇ? ਨਹੀਂ, ਅਸੀਂ ਸੁੱਕੇ ਪਾਉਂਦੇ, ਧੋ ਕੇ ਰੱਖਦੇ ਨੇ, ਧੋ ਕੇ ਰੱਖਦੇ ਹਾਂ, ਸ਼ਾਮ ਨੂੰ ਉਹਨਾਂ ਨੂੰ ਪਾਏ 1/2 ਕਿਲੋ ਪਾਲੋ, 3-3 ਪਾਲੋ, ਉਸ ਤਰ੍ਹਾਂ ਪਾਲੋ। ਇਸ ਟਾਈਮ ਤੁਹਾਡੇ ਆ ਕਿੰਨੀਆਂ ਬੱਕਰੀਆਂ ਦੁੱਧ ਦੇ ਰਹੀਆਂ ਨੇ, ਅਤੇ ਉਹਨਾਂ ਤੋਂ ਰੋਜ਼ਾਨਾ ਦਾ ਕਿੰਨਾ ਦੁੱਧ ਮਿਲ ਜਾਂਦਾ? ਦੁੱਧ ਦੇਣ ਡੀਆਂ ਨੇ ਬੱਕਰੀਆਂ ਕੋਈ
15 ਕੁ ਬੱਕਰੀਆਂ ਦੁੱਧ ਦਿੰਦੀਆਂ ਨੇ, 8 ਦਹਾਂ ਦੇ ਬੱਚੇ ਨੇ ਥੱਲੇ ਜਿਹੜੇ ਉਹ ਬੱਚਿਆਂ ਹੀ ਦੁੱਧ ਪੀਣਾ। ਠੀਕ ਹੈ, ਇਹਨਾਂ ਤੋਂ ਕਿੰਨਾ ਕੁ ਦੁੱਧ ਮਿਲ ਜਾਂਦਾ? ਜਿਹੜੀਆਂ 15 ਕਰੇ, 15 ਕੁ ਦਾ ਦੁੱਧ ਹੁੰਦਾ ਕੋਈ 30 ਕੁ ਕਿਲੋ। ਮਾਸ਼ਾਅੱਲਾ, ਯਾਨੀ ਕਿ ਫੀ ਬੱਕਰੀ ਰੋਜ਼ਾਨਾ ਦਾ 2 ਕਿਲੋ ਦੁੱਧ ਮਿਲ ਜਾਂਦਾ? ਹਾਂਜੀ, ਕਈ ਵਿੱਚ ਕਿਲੋ ਦੇਣ ਵਾਲੀਆਂ ਵੀ ਨੇ, ਕਈ 2 ਕਿਲੋ, ਕਈ ਵੱਧ ਵੀ ਨੇ, ਕੋਈ 3 ਕਿਲੋ, ਕੋਈ 4 ਕਿਲੋ, ਇਸ ਤਰ੍ਹਾਂ ਦੁੱਧ ਦੇ। ਠੀਕ ਹੈ, ਅਤੇ ਦੁੱਧ ਦਾ ਕੀ ਰੇਟ ਮਿਲਦਾ? 60-65। ਠੀਕ ਹੈ, ਯਾਨੀ ਕਿ ਕੋਈ 60 ਵੀ ਹੋਏ ਅਤੇ ਕੋਈ 17-18 ਸੌ ਦਾ ਰੋਜ਼ਾਨਾ ਦਾ ਦੁੱਧ ਵੀ ਸੇਲ ਹੋਈ ਜਾਂਦਾ? ਦਾ ਸ਼ੁਕਰ ਹੈ ਜੀ, ਇੰਨਾ ਹੋ ਜਾਂਦਾ। ਅਤੇ ਇਸ ਤੋਂ ਇਲਾਵਾ ਸਰ, ਜਿਹੜੀ ਤੁਹਾਡੀ ਇਹਨਾਂ ਤੋਂ ਅਰਨਿੰਗ ਹੈ, ਇਹਨਾਂ ਦੇ ਛੋਟੇ ਜਾ ਸੇਲ ਕਰਦੇ ਹੋ ਜਾਂ ਕਿ ਬੱਕਰੇ ਈਦ ਵਾਸਤੇ ਤਿਆਰ ਕਰਦੇ ਹੋ? ਉਹ ਸੇਲ ਛੋਟੇ ਜਿਹੜੇ ਨਾ, ਹੁਣ ਜਿਹੋ ਜਿਹਾ ਟਾਈਮ ਆਇਆ ਭਾਜੀ, ਉਹ ਵੱਡੇ ਬੱਕਰਿਆਂ ਦਾ ਛੋਟੇ ਸੇਲ ਕਰੀਏ ਨਾ, ਤਾਂ 20-25 ਹਜ਼ਾਰ ਦਾ ਬੱਚਾ ਵੇ ਕਿ ਪਸਾਲ ਪਾਲਣ ਨਾ ਹੋਣਾ, 2 ਮਹੀਨਿਆਂ ਦਾ ਬੱਚਾ ਜਿਹੜਾ ਨਾ 20-25 ਹਜ਼ਾਰ ਰੁਪਈਆ ਵੱਟ ਲੀਦਾ। ਠੀਕ ਹੈ, ਅਤੇ ਸਰ ਇਹਨਾਂ ਦੇ ਰੇਟ ਦੇ ਮੁਤਲਕ ਦੱਸੋ, ਜਿਹੜਾ ਰੇਟ ਚੱਲਦਾ ਪਿਆ ਮੁਨਾਸਬ ਰੇਟ ਹੈ ਬੱਕਰੀ ਦਾ? ਜੀ ਜੀ, ਇਹ ਛੋਟੇ ਬੱਚੇ ਦਾ ਵੀ, ਬੱਕਰੀ ਜਿਹੜੀ ਪੱਠ ਹੈ ਉਹਦਾ ਵੀ, ਇਹ ਗੱਬਣ ਬੱਕਰੀ ਦਾ ਵੀ, ਅਤੇ ਜਿਹੜੀ ਬੱਕਰੀ ਸੂਣ ਵਾਲੀ ਉਹਦਾ ਵੀ। ਭਾਅ ਜੀ, ਇੱਥੇ ਬੱਕਰੀ ਵਿਕਣ ਡਈ ਹੈ ਜਿਹੜੀ ਚੰਗੀ ਬੱਕਰੀ ਹੈ, 1 ਲੱਖ ਦੇ ਦੁਆਲੇ, 1,20,000। ਠੀਕ ਹੈ, ਬੱਕਰੀ ਮੈਂ ਦਿੱਤੀ ਸੀ ਇੱਕ ਬੰਦੇ ਨੂੰ 2 ਲੱਖ ਦੀ, ਕਿਸੇ ਨੂੰ ਜਾਮਨੀ ਦੇ ਵਿੱਚ ਆਣ ਕੇ। ਅੱਛਾ, ਕੋਈ ਬੰਦਾ ਜਾਮਨ ਬਣਿਆ ਸੀ, ਉਹ ਬੱਕਰੀ ਦਾ ਲੈ ਗਿਆ ਸੀ ਮੇਰੇ ਕੋਲ 2 ਲੱਖ ਦੀ, ਅਤੇ ਉਹ ਚੋਰੀ ਸਾਹਿਬ, ਉਹ ਜਾਮਨ ਅਤੇ ਉਹ ਮੁੰਡਾ ਲੜ ਪਏ ਆਪੋ 'ਚ। ਠੀਕ ਹੈ, ਅਤੇ ਉਹ ਚੋਰੀ ਮੈਨੂੰ ਉਹਨੇ ਆਖਿਆ ਜੀ ਆਹ ਬੱਕਰੀ ਤੇਰੀ ਦਾ ਰੌਲਾ ਬਣ ਗਿਆ ਇੱਥੇ, ਉਹ ਭਾਈ ਜੀ ਮੈਂ ਬੱਕਰੀ ਲੈਂਦੀ ਹੈ। ਠੀਕ ਹੈ, ਉਹ ਮੈਂ ਬੱਕਰੀ ਤੁਹਾਨੂੰ ਤਸਵੀਰ ਦਿੰਦਾ। ਠੀਕ ਹੈ, ਉਹ 2 ਲੱਖ ਦੀ ਦਿੱਤੀ ਸੀ, ਸਾਲ ਬਾਅਦ ਪੈਸੇ ਲੈਣੇ ਨਾ ਉਹਦੇ। ਅੱਛਾ, ਠੀਕ ਹੈ, ਉਹ ਮੈਂ ਬੱਕਰੀ ਲੈਂਦੀ ਹੈ। ਠੀਕ ਹੈ, ਠੀਕ ਹੈ, ਇੱਕ ਬੱਕਰੀ ਮੇਰੇ ਕੋਲ ਮੌਜੂਦਾ, ਉਹਦਾ ਮੈਨੂੰ 1,30,000 ਰੁਪਈਆ ਮਿਲਦਾ, ਮੈਂ ਨਹੀਂ ਦਿੱਤੀ। ਠੀਕ ਹੈ, ਅਤੇ ਇਹਦੀ ਜਿਹੜੀ ਪਾਠੀ ਉਹਦਾ ਕਿੰਨਾ ਕੁ ਰੇਟ ਹੈ? ਪਹਿਲਣਾ ਦਾ? ਜੀ ਜੀ, ਜਿਹੜੀਆਂ ਚੰਗੀਆਂ ਪਹਿਲਣਾ ਪੱਠਾਂ ਨੇ 50-60-70 ਤੀਕਰ ਵਿਕਦੀਆਂ ਨੇ, ਜਿਹੜੀਆਂ ਚੰਗੀਆਂ ਪੱਠਾਂ ਨੇ, ਅਤੇ ਉਸ ਤਰ੍ਹਾਂ ਜਿਹੜੀਆਂ ਦਰਮਿਆਨੀਆਂ ਨੇ 25-30-40। ਅਤੇ ਜਿਹੜੇ ਛੋਟੇ ਬੱਚੇ ਨੇ, 1 ਦਿਨ ਦੇ ਜਾਂ ਮਹੀਨੇ ਦੇ? ਉਹ ਜਿਹੜਾ ਛੋਟਾ ਬੱਚਾ, ਕਈ ਬੱਚੇ ਵਿਕ ਜਾਂਦੇ 10,000 ਦਾ, ਕਈ ਬੱਚੇ ਵਿਕਦੇ ਨੇ 40-40 ਹਜ਼ਾਰ ਦੇ ਉਹਦੇ ਹਾਣ ਦੇ। ਜਿਹੜੀ ਮੈਂ ਗੱਲ ਤੁਹਾਨੂੰ ਅੱਗੇ ਦੱਸੀ ਨਹੀਂ, ਜਿਹੜੇ ਬੱਚੇ ਨੇ ਦੁੱਧ ਪੀਣਾ ਉਸ ਬੱਚੇ ਨੇ ਪੈਸੇ ਵਧਾਉਣੇ, ਅਤੇ ਜਿਹੜੇ ਬੱਚਾ ਛੋਟਾ ਹੀ ਆ ਦੇ ਦੇਣਾ ਦੁੱਧ ਬੀੜ, ਉਹ ਭਾਅ ਜੀ 5 ਦਾ, 10 ਦਾ, 8 ਦਾ, 9 ਦਾ, 12 ਦਾ, ਇੱਥੋਂ ਤੀਕਰ। ਠੀਕ, ਅਤੇ ਜਿਹੜੇ ਨਵੇਂ ਦੋਸਤ ਬੱਕਰੀਆਂ ਰੱਖਣਾ ਚਾਹੁੰਦੇ ਨੇ, ਉਹ ਕਿੰਨੀਆਂ ਕੁ ਬੱਕਰੀਆਂ ਤੋਂ ਸ਼ੁਰੂ ਕਰਨ, ਅਤੇ ਉਹਨਾਂ ਕੋਲ ਕਿੰਨੇ ਕੁ ਪੈਸੇ ਹੋਣ 'ਤੇ ਕੰਮ ਸ਼ੁਰੂ ਕੀਤਾ ਜਾ ਸਕਦਾ? ਉਹ ਭਾਅ ਜੀ ਮੇਰੀ ਗੱਲ ਸੁਣੋ, ਜੇ ਤਾਂ ਉਹਨਾਂ ਬੱਕਰੀਆਂ ਦਾ ਕੰਮ ਹੈ ਸ਼ੁਰੂ ਕਰਨਾ, 5 ਲੱਖ ਰੁਪਈਆ ਹੋਏ ਉਹਨਾਂ ਦੇ ਕੋਲ, ਉਹ ਬੱਕਰੀਆਂ ਲੈਣ ਬੱਚਿਆਂ ਵਾਲੀਆਂ, ਠੀਕ ਹੈ, ਉਹਨਾਂ ਦੀ ਸੇਵਾ ਸੁਵਾ ਕਰਨ, ਉਹ ਅੱਲਾ ਖੈਰ ਕੀਤਾ 1 ਸਾਲ ਬਾਅਦ ਜਿਹੜੇ ਉਹਨਾਂ ਪੈਸੇ ਲਾਉਣੇ ਨੇ ਨਾ, ਅਤੇ ਉਹਨਾਂ ਦੇ ਬੱਚੇ ਪੂਰੇ ਕਰਦੇ। ਮਾਸ਼ਾਅੱਲਾ, ਅਤੇ 5 ਲੱਖ 'ਚ ਬੱਚਿਆਂ ਵਾਲੀਆਂ ਕਿੰਨੀਆਂ ਕੁ ਬੱਕਰੀਆਂ ਨੂੰ ਮਿਲ ਜਾਂਦੀਆਂ? ਉਹ ਭਾਅ ਜੀ ਬੱਕਰੀਆਂ ਲੈਣਗੇ 50-50 ਹਜ਼ਾਰ ਦੀਆਂ, ਤਾਂ 10 ਆ ਜਾਣੀਆਂ। ਇਹ 50 ਹਜ਼ਾਰ 'ਚ ਬੱਚੇ ਵਾਲੀ ਬੱਕਰੀ ਮਿਲ ਜਾਏਗੀ? ਮਿਲ ਜਾਂਦੀ, ਮੰਡੀਆਂ ਮਿਲ ਜਾਂਦੀ ਹੈ, ਜਿਹੜੀ ਚੰਗੀ ਬੱਕਰੀ ਹੈ ਨਾ, ਚੰਗੀਆਂ ਬੱਕਰੀਆਂ ਤਾਂ ਫਿਰ 5 ਹੀ ਮਿਲਣੀਆਂ ਨੇ ਉਹਨਾਂ ਨੂੰ, ਯਾਨੀ ਕਿ 1 ਬੱਕਰੀ ਫਿਰ 1 ਲੱਖ ਦੀ ਪੈ ਗਈ? ਹਾਂਜੀ, 1 ਬੱਕਰੀ 1 ਲੱਖ। ਕੁਛ ਦੋਸਤ ਕਹਿੰਦੇ ਨੇ ਕਿ ਰੇਟ ਅੱਜ ਕੱਲ੍ਹ ਦੋਸਤ ਜ਼ਿਆਦਾ ਦੱਸਦੇ ਨੇ, ਬਸ ਇਹ ਮੈਂ ਤਾਂ ਜਿੰਨਿਆਂ ਕੋਲ ਗਏ ਹਾਂ, ਰੇਟ ਤਕਰੀਬਨ ਯਾਨੀ ਕਿ ਕੋਈ 19-20 ਦਾ ਫਰਕ ਹੋਣਾ ਹੈ, ਜਾਂ 1-2 ਨੇ ਦੱਸਿਆ ਹੋਣਾ ਜ਼ਿਆਦਾ, ਯਾਨੀ ਕਿ ਜਿਹੜੀ ਚੰਗੀ ਚੀਜ਼ ਉਹਦਾ 1 ਲੱਖ ਵੀ ਰੇਟ ਹੈ। ਆਵੇ ਤੁਸੀਂ ਕੀ ਕਹੋ ਇਹਦੇ ਮੁਤਲਕ? ਭਾਅ ਜੀ ਉਹ ਸੱਚੀ ਗੱਲ ਹੈ, 1 ਲੱਖ 1-2 ਲੱਖ ਵੀ ਭਾਅ ਜੀ ਮੇਰੀ ਗੱਲ ਸੁਣੋ, ਬਰੀਡਰ ਹੁਣ ਲੈਣ ਅਸੀਂ ਤੁਰ ਜਾਂਦੇ ਹਾਂ, ਬਰੀਡਰ 2 ਲੱਖ ਦਾ ਅਸੀਂ ਲਿਆਉਂਦੇ ਹਾਂ। ਠੀਕ ਹੈ, ਬੱਕਰੀਆਂ ਸੂਕਣ 20, ਉਹ ਬੱਚੇ ਦੇਸ਼ਣ 40, ਠੀਕ ਹੈ, ਉਹਨਾਂ ਦੇ ਵਿੱਚੋਂ 4 ਲੈ ਲਏ ਪਾਲ ਕੇ ਵੇਚ ਲਈਏ, ਤਾਂ 2 ਲੱਖ ਰੁਪਈਆ ਭਾਅ ਜੀ ਮਿਲ ਜਾਂਦਾ। ਯਾਨੀ ਕਿ ਫਿਰ ਉਹ ਗੱਲ ਨਸਲਾਂ 'ਤੇ ਮੁੱਕਦੀ? ਨਸਲਾਂ 'ਤੇ ਮੁੱਕਦੀ ਹੈ, ਜਿਹੜੀ ਬੱਕਰੀ ਨਸਲੀ ਹੈ ਭਾਅ ਜੀ, ਉਹਨੇ ਆਪਣਾ ਮੁੱਲ ਪਾਉਣਾ, ਕਈ ਬੱਕਰੀਆਂ 3-3, 4-4 ਲੱਖ ਰੁਪਈਆ ਮੁੱਲ ਪਵਾਉਂਦੀਆਂ ਸਾਈ ਵਾਲਾ, ਠੀਕ ਹੈ, ਉਹ 24 'ਤੇ ਹੁੰਦੀਆਂ ਨੇ ਬੱਕਰੀਆਂ। ਜੀ ਜੀ, ਅਤੇ ਹੁਣ ਉਹ ਤੁਹਾਡੇ ਵਾਲੀ ਗੱਲ ਆ ਗਈ ਕਿ ਨਸਲ 'ਤੇ ਗੱਲ ਮੁੱਕਦੀ ਹੈ। ਠੀਕ ਹੈ, ਹੁਣ ਤੁਹਾਡੇ ਵੀ ਲੋਕ ਲਈ ਫਿਰਦੇ ਨੇ। ਜੀ ਜੀ, ਠੀਕ ਹੈ, ਬੱਕਰੀ ਜਿਹੜੀ ਚੰਗੀ ਉਹਨੇ ਭਾਅ ਜੀ ਚੰਗਾ ਮੁੱਲ ਪਾਉਣਾ, ਜਿਹੜੀ ਮਾੜੀ ਉਹਨੇ ਆਪਣਾ ਮਾੜਾ ਹੀ ਰਹਿਣਾ। ਮਾਸ਼ਾਅੱਲਾ ਸਰ, ਤੁਸੀਂ ਬੜੀਆਂ ਸੋਹਣੀਆਂ ਅਤੇ ਕੀਮਤੀ ਗੱਲਾਂ ਕੀਤੀਆਂ ਨੇ, ਅਤੇ ਜਿਹੜੇ ਦੋਸਤ ਤੁਹਾਡੇ ਕੋਲ ਕੋਈ ਜਾਨਵਰ ਲੈਣਾ ਚਾਹੁੰਦੇ ਨੇ
ਜਾਂ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਤੁਹਾਡਾ ਸਰ ਕੋਈ ਮੋਬਾਈਲ ਨੰਬਰ? ਮੋਬਾਈਲ ਨੰਬਰ 0345-6858-598। ਠੀਕ ਹੈ, ਅਤੇ ਨਵੇਂ ਦੋਸਤਾਂ ਨੂੰ ਕੀ ਪੈਗਾਮ ਦੇਵੋ ਅਤੇ ਜਿਹੜੇ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ਿਹਨ ਵੀ ਬੱਕਰੀਆਂ ਰੱਖਣਾ? ਉਹਨਾਂ ਨੂੰ ਭਾਈ ਦੱਸਾਂਗੇ, ਜਿਸ ਤਰ੍ਹਾਂ ਉਹ ਪੁੱਛਣਗੇ ਉਹਨਾਂ ਨੂੰ ਦੱਸਾਂਗੇ ਕਿ ਇਹ ਤਰੀਕਾ ਘਰ ਹੈ। ਠੀਕ ਹੈ, ਜਿਹੜਾ ਬੰਦਾ ਇਹਨਾਂ ਨੂੰ ਚਾਹੇਗਾ ਭਾਈ ਜੀ ਭੁੱਖਾ ਨਹੀਂ ਰਹਿ ਸਕਦਾ। ਜੀ ਸਰ, ਬਹੁਤ ਸ਼ੁਕਰੀਆ, ਤੁਸੀਂ ਬੜਾ ਸੋਹਣਾ ਅਤੇ ਕੀਮਤੀ ਇੰਟਰਵਿਊ ਦਿੱਤਾ। ਅੱਲਾਹ ਪਾਕ ਤੁਹਾਡੇ ਕਾਰੋਬਾਰ 'ਚ ਵੀ ਮਜ਼ੀਦ ਇਜ਼ਾਫਾ ਤਾ ਫਰਮਾਏ। ਅੱਲਾਹ ਹਾਫਿਜ਼। ਠੀਕ ਹੈ ਜੀ।